ਅਗਲੀ ਖਬਰ ਇਲੈਕਸ਼ਨ ਬਾਰੇ ਆ ਜਿਦਾ ਜਿਦਾ ਇਲੈਕਸ਼ਨ ਨੇੜੇ ਆ ਰਹੀ ਆ ਬਹੁਤ ਕੁਛ ਇਲੈਕਸ਼ਨ ਨਾਲ ਸੰਬੰਧਿਤ ਸਾਡੇ ਸਾਹਮਣੇ ਆ ਰਿਹਾ ਕੋਈ ਬਹੁਤ ਸਾਰੇ ਲੀਡਰ ਗਲਤੀਆਂ ਕਰ ਰਹੇ ਆ ਦੂਜੀਆਂ ਪਾਰਟੀਆਂ ਨਾਲ ਗਲਤੀਆਂ ਨੂੰ ਫੜ ਰਹੀਆਂ ਲੋਕ ਆਪਣਾ ਆਪਣਾ ਪਲੈਟਫਾਰਮ ਦੇ ਵਿੱਚ ਦੱਸ ਰਿਹਾ ਕਿ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਇਕਨੋਮੀ ਇਮੀਗ੍ਰੇਸ਼ਨ ਕਲਾਈਮੇਟ ਅਫਗਾਨਿਸਤਾਨ ਇਨਾਂ ਸਾਰੇ ਮੁੱਦਿਆਂ ਦੇ ਉੱਤੇ ਵਕਫ-ਵਕਫ ਜਿਹੜੇ ਵਿਚਾਰ ਆ ਉਹ ਵਕਫ-ਵਕਫ ਪਾਰਟੀਆਂ ਦੇ ਰਹੀਆਂ ਅਰਜਨ ਟੈਰੀਓ ਦੇ ਵਿੱਚ ਇੱਕ ਰੈਸਟ੍ਰਿਕਸ਼ਨ ਕੈਪ ਆ ਉੱਥੇ ਜਦੋਂ ਤੁਸੀਂ ਰੈਸਟੋਰੈਂਟ ਦੇ ਅੰਦਰ ਜਾਂਦੇ ਆ 50% ਕੈਪੈਸਿਟੀ ਦੇ ਨਾਲ ਅੰਦਰ ਜਾਇਆ ਜਾ ਸਕਦਾ ਸੋਸ਼ਲ ਡਿਸਟੈਂਸ ਹੋਣਾ ਚਾਹੀਦਾ ਉੱਥੇ ਪ੍ਰਾਈਵੇਟ ਇਨਡੋਰ ਇਵੈਂਟ 25 ਲੋਕਾਂ ਦਾ ਹੋ ਸਕਦਾ ਜਿੱਥੇ 50 ਲੋਕ ਸਾਡੇ ਪ੍ਰਧਾਨ ਮੰਤਰੀ ਜਿਹੜੇ ਲਿਬਰਲ ਪਾਰਟੀ ਦੇ ਆਗੂ ਜਸਟਨ ਟ੍ਰੀਡੋ ਹੁਣੀ ਕੈਂਪੇਨ ਕਰ ਰਿਹਾ ਉੱਥੇ ਪ੍ਰਾਈਵੇਟ ਇਨਸਾਈਡ ਉਹਨਾਂ ਨੇ ਇੱਕ ਰੈਸਟੋਰੈਂਟ ਦੇ ਵਿੱਚ ਮਿਸੀ ਸਾਗਾ ਦੇ ਵਿੱਚ ਮੀਟਿੰਗ ਕੀਤੀ ਆ ਆਪਣੀ ਕੈਂਪੇਨਿੰਗ ਕੀਤੀ ਜਿੱਥੇ ਬਹੁਤ ਸਾਰੇ ਪ੍ਰੈਸ ਰਿਪੋਰਟਰ ਸੀ ਉੱਥੇ ਗਿਣਤੀ ਲੋਕਾਂ ਦੀ 20 ਤੋਂ ਜ਼ਿਆਦਾ ਸੀ ਤੇ ਸੋਸ਼ਲ ਡਿਸਟੈਂਸ ਹੈ ਨਹੀਂ ਸੀ ਬਹੁਤ ਸਾਰੇ ਰਿਪੋਰਟਰ ਸੀ ਬਹੁਤ ਸਾਰੇ ਸਪੋਰਟਰ ਸੀ ਜਿਹੜੇ ਕੈਮਰਾਮੈਨ ਸੀਗੇ ਟੈਕ ਕਰੂ ਸੀਗੇ ਕੈਂਪੇਨ ਵਰਕਰ ਸੀਗੇ ਮਤਲਬ ਮੋੜੇ ਦਾ ਮੋਢਾ ਵੱਜਦਾ ਸੀ ਉਹ ਥਾਂ ਦੇ ਉੱਤੇ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਹੁਣ ਇਸ ਗੱਲ ਨੂੰ ਲੈ ਕੇ ਆਲੋਚਨਾ ਸ਼ੁਰੂ ਹੋ ਗਈ ਆ ਕਿ ਜਸਨ ਟਰੂਡੋ ਹੁਣੀ ਖਿਆਲ ਨਹੀਂ ਰੱਖ ਸਕਦੇ ਇਸ ਗੱਲ ਦਾ ਵੀ ਕਿਉਂ ਇਸ ਗੱਲ ਨੂੰ ਮੇਨਟੇਨ ਕਰਦੇ ਆ ਜਦੋਂ ਕਿ ਦੂਜੇ ਪਾਸੇ ਜਸਨ ਟਰੂਡੋ ਹੁਣੇ ਕਿਹਾ ਵੀ ਅਸੀਂ ਹਰ ਸੰਭਵ ਯਤਨ ਕਰ ਇਹ ਬਿਮਾਰੀ ਨਾ ਫੈਲੇ ਤੇ ਜਿਹੜੀਆਂ ਵੀ ਉਥੋਂ ਦੀਆਂ ਗਾਈਡਲਾਈਨਸ ਆ ਅਸੀਂ ਉਹਨੂੰ ਫਾਲੋ ਕਰ ਰਹੇ ਆ ਪਰ ਇਹ ਸਵਾਲ ਕੁਝ ਪੱਤਰਕਾਰਾਂ ਨੇ ਪੁੱਛਿਆ ਉਹਨਾਂ ਨੂੰ ਕਿ ਇੱਥੇ ਕੈਪੈਸਿਟੀ 50% ਆ ਤੇ 25 ਬੰਦੇ ਹੋ ਸਕਦੇ ਤੁਸੀਂ 25 ਤੋਂ ਜ਼ਿਆਦਾ ਤੇ ਸੋਸ਼ਲ ਡਿਸਟੈਂਸ ਵੀ ਕੋਈ ਨਹੀਂ ਇਹ ਤਸਵੀਰਾਂ ਇਹਦੇ ਬਾਰੇ ਦੱਸੋ ਸੋ ਜਿਦਾ ਜਿਦਾ ਹੁਣ ਇਲੈਕਸ਼ਨ ਜਿਹੜੇ ਆ ਰਹੀ ਆ ਕਈ ਗੱਲਾਂ ਬਾਤਾਂ ਸਾਹਮਣੇ ਆਉਣਗੀਆਂ ਇੱਕ ਵੱਖ-ਵੱਖ ਪਾਰਟੀਆਂ ਦੂਜੀ ਪਾਰਟੀਆਂ ਦੀਆਂ ਗਲਤੀਆਂ ਫੜਨਗੇ ਹੁਣ ਦੂਜੀ ਗੱਲ ਜਿਹੜੀ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਹੈਗੀ ਆ ਕਿ ਜਿਹੜਾ ਇਸ਼ੂ ਕਿਹੜੇ ਆ ਕਿਹੜੇ ਇਸ਼ੂਜ਼ ਉੱਤੇ ਜ਼ਿਆਦਾ ਗੱਲਬਾਤ ਹੋ ਰਹੀ ਹੈ ਇਸ ਵੇਲੇ ਸਭ ਤੋਂ ਵੱਧ ਪੈਂਡੇਮਿਕ ਦੇ ਵਿੱਚ ਮੰਡੈਟਰੀ ਵੈਕਸੀਨੇਸ਼ਨ ਇੱਕ ਰੋਰ ਆਪਾਂ ਚੱਲ ਰਿਹਾ ਦੂਜਾ ਜਿਹੜਾ ਮਹਾਮਾਰੀ ਫੈਲੀ ਹੈ ਇਹ ਇੱਕ ਖਬਰਾਂ ਹੈਗੀਆਂ ਆ ਦੂਜਾ ਜਿਹੜਾ ਇਸ ਵੇਲੇ ਪਿਛਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਵਾਲਾ ਮੁੱਦਾ ਖ਼ਬਰਾਂ ਦੇ ਵਿੱਚ ਪ੍ਰਮੁਖਤਾ ਦੇ ਨਾਲ ਸ਼ਾਇਰ ਰਿਹਾ ਸੋ ਪਰ ਹੁਣ ਇੱਕ ਸਰਵੇ ਦੱਸ ਰਿਹਾ ਹੈ ਕਿ ਜਿਹੜੇ ਕੈਨੇਡੀਅਨ ਆ ਉਹ ਇਹ ਅਖ਼ਬਾਰਾਂ ਦੀਆਂ ਸੁਰਖੀਆਂ ਤਾਂ ਬਣ ਰਹੀਆਂ ਆ ਅਫਗਾਨਿਸਤਾਨ ਵਾਲਾ ਮਸਲਾ ਵੈਕਸੀਨੇਸ਼ਨ ਜਾਂ ਪੈਂਡੇਮਿਕ ਜਾਂ ਹੋਰ ਚੀਜ਼ਾਂ ਪਰ ਜਿਹੜੇ ਕੈਨੇਡੀਅਨ ਹੈਗੇ ਆ ਉਹ ਇੱਕ ਕਲਾਈਮੇਟ ਕ੍ਰਾਈਸਿਸ ਨੂੰ ਲੈ ਕੇ ਵੀ ਜਿਹੜੇ ਵਾਤਾਵਰਨ ਦੇ ਵਿੱਚ ਤਬਦੀਲੀ ਆ ਰਹੀ ਆ ਇਹਨੂੰ ਲੈ ਕੇ ਖਾਸ ਤੌਰ ਤੇ ਚਿੰਤਤ ਨੇ ਮੁੱਖ ਮੁੱਦਾ ਲੋਕਾਂ ਦਾ ਇਹ ਵੀ ਬਣਦਾ ਜਾ ਰਿਹਾ ਇੱਕ VOTING ਦੇ ਵਿੱਚ ਐਂਗਸ ਰੀਡ ਇੰਸਟੀਚਿਊਟ ਤੁਹਾਨੂੰ ਪਤਾ ਬਹੁਤ ਪ੍ਰਸਿੱਧ ਇੰਸਟੀਚਿਊਟ ਆ ਉਹਨੇ ਕੋਵਿਡ 19 ਤੇ ਅਫਗਾਨਿਸਤਾਨ ਜਿਹੜੇ ਕਿ ਖਬਰਾਂ ਦੇ ਵਿੱਚ ਛਾਏ ਆ ਹੈਡਲਾਈਨਸ ਬਣੀਆਂ ਆ ਪਹਿਲੇ 2 ਹਫ਼ਤੇ ਕੈਂਪੇਨ ਦੇ ਵਿੱਚ ਚੱਲਦਿਆਂ ਨੂੰ ਹੋ ਗਏ ਆ ਪਰ ਪੰਜਾਂ ਵਿੱਚੋਂ ਇੱਕ ਕੈਨੇਡੀਅਨ ਇਸ ਸਰਵੇ ਦੇ ਵਿੱਚੋਂ ਇਹ ਕਹਿ ਰਿਹਾ ਕਿ ਉਹ ਜਿਹੜਾ ਕਿਸੇ ਵੀ ਪਾਰਟੀ ਦੇ ਕਲਾਈਮੇਟ ਪਲਾਨ ਨੂੰ ਬਹੁਤ ਨੇੜੇੋਂ ਦੇਖ ਰਿਹਾ। ਕੁਝ ਮੁੱਦੇ ਹੁੰਦੇ ਜਿਹੜੇ ਸਿੱਧੇ ਸਾਡੇ ਨਾਲ ਸਬੰਧ ਰੱਖਦੇ ਆ ਥੋੜੇ ਭਵਿੱਖ ਦੇ ਵਿੱਚ ਹੀ ਉਹਦਾ ਅਸਰ ਸਾਡੇ ਸਾਹਮਣੇ ਆਉਂਦਾ। ਕੁਝ ਮੁੱਦੇ ਹੁੰਦੇ ਆ ਜਿਹੜੇ ਲੰਬਾ ਸਮੇਂ ਬਾਅਦ ਸਾਡੇ 'ਤੇ ਅਸਰ ਆਉਣਾ ਹੁੰਦਾ। ਲੋਕ ਆਮ ਤੌਰ ਤੇ ਉਹਨਾਂ ਨੂੰ ਪਿੱਛੇ ਛੱਡ ਦਿੰਦੇ ਜਿਦਾਂ ਕਿ ਵਾਤਾਵਰਣ ਦਾ ਮੁੱਦਾ। ਹੁਣ ਅੱਜ ਟੈਕਸ ਲੱਗਣਾ ਹੈ, ਸਰਕਾਰ ਨੇ ਪੈਸੇ ਦੇਣੇ ਆ ਕਿ ਨਹੀਂ ਦੇਣੇ, ਕੋਈ ਨਵਾਂ ਕਾਨੂੰਨ ਆਉਣਾ ਆ। ਇਹ ਚੀਜ਼ਾਂ ਸਾਨੂੰ ਸਿੱਧੀਆਂ ਪ੍ਰਭਾਵਿਤ ਕਰਦੀਆਂ ਇਹਨਾਂ ਉੱਤੇ ਅਸੀਂ ਜ਼ਿਆਦਾ ਧਿਆਨ ਦਿੰਨੇ ਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਦੂਜੇ ਮੁੱਦੇ ਸੀਗੇ ਜਿਵੇਂ ਵਾਤਾਵਰਨਾਂ ਕਲਾਈਮੇਟ ਚੇਂਜ ਆ ਇਹ ਗੱਲਾਂ ਪਿੱਛੇ ਰਹਿੰਦੀਆਂ ਰਹੀਆਂ ਪਰ ਹੁਣ باوجود ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਅਫਗਾਨਿਸਤਾਨ ਤੇ ਕੋਵਿਡ-19 ਤੇ ਵੈਕਸੀਨ ਆਉਣ ਦੇ ਪੰਜਾਂ ਦੇ ਵਿੱਚੋਂ ਇੱਕ ਬੰਦਾ ਕਲਾਈਮੇਟ ਚੇਂਜ ਨੂੰ ਦੇਖ ਰਿਹਾ ਕਿ ਜਿਹੜੀ ਵਾਤਾਵਰਨ ਦੇ ਲਈ ਤੁਸੀਂ ਕੀ ਕਰ ਰਹੇ ਆ 41% ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਵੀ ਕਲਾਈਮੇਟ ਚੇਂਜ ਸਾਡੇ ਲਈ ਜਿਹੜੀ ਪ੍ਰਾਇਓਰਿਟੀ ਆ ਅਸੀਂ ਇਹਨੂੰ ਦੇਖ ਕੇ ਵੋਟ ਪਾਵਾਂਗੇ ਤੇ ਇਹ ਜਿਹੜੇ ਬਹੁਤੇ ਲੋਕ ਨੇ ਉਹ ਲਿਬਰਲ ਨੂੰ ਵੋਟ ਪਾ ਰਹੇ ਆ ਇਸ ਮਾਮਲੇ ਦੇ ਵਿੱਚ 36% ਜਿਹੜੇ ਉਹ ਕਹਿੰਦੇ ਨੇ ਐਂਡੀਪੀ ਠੀਕ ਆ ਇਹ ਕਲਾਈਮੇਟ ਚੇਂਜ ਵਾਲੇ ਮੁੱਦੇ ਦੇ ਉੱਤੇ ਦੂਜਾ ਸਭ ਤੋਂ ਇੱਕ ਮਹੱਤਵਪੂਰਨ ਇਸ਼ੂ ਉੱਥੇ ਵੋਟਰਸ ਦੇ ਲਈ ਜਿਹੜਾ 13% ਦੱਸਿਆ ਜਾ ਰਿਹਾ ਐਕਸੈਸ ਟੂ ਹੈਲਥ케ਅ ਕਿ ਸਾਡੀ ਜਿਹੜੀ ਹੈਲਥ케ਅ ਆ ਸਾਡਾ ਜਿਹੜਾ ਡਾਕਟਰੀ ਆ ਸਾਡੀ ਡਾਕਟਰੀ ਸਹੂਲਤਾਂ ਆ ਇਹ ਠੀਕ ਠਾਕ ਮਿਲਣ ਸਾਡੇ ਪੈਸਿਆਂ ਦੇ ਹਿਸਾਬ ਦੇ ਨਾਲ ਇਹ ਦੂਜਾ ਵੱਡਾ ਮੁੱਦਾ ਸਾਹਮਣੇ ਆ ਰਿਹਾ ਸੀ ਸਿਰਫ ਪੰਜਾਬੀ ਕਮਿਊਨਿਟੀ ਦੀ ਨਹੀਂ ਗੱਲ ਕਰ ਰਿਹਾ ਪੂਰੇ ਓਵਰਆਲ ਕੈਨੇਡਾ ਦੇ ਵਿੱਚ ਜਿਹੜੀ ਇੱਕ ਐਂਗਸ ਰੀਡ ਇੰਸਟੀਚਿਊਟ ਆ ਉਹ ਸਰਵੇ ਕਰਦੀ ਆ ਲੋਕਾਂ ਨੂੰ ਜਾ ਕੇ ਪੁੱਛਦੀ ਆ ਕਿ ਤੁਹਾਡਾ ਕੀ ਮੁੱਦਾ ਜੀ ਤੁਹਾਡਾ ਕੀ ਮੁੱਦਾ ਹੈ ਉਹਦੇ ਤੋਂ ਬਾਅਦ ਫਿਰ ਉਹ ਇੱਕ ਅਨਲਿਸਿਸ ਕਰਕੇ ਦੱਸ ਦਿੰਦੇ ਆ ਕਿ ਇੰਨੇ ਲੋਕ ਆ ਚੀਜ਼ ਕਹਿੰਦੇ ਆ ਤੇ ਇਹਨਾਂ ਉਹਦੇ ਸਰਵੇ ਦੇ ਅਨੁਸਾਰ ਦੋ ਮੁੱਦੇ ਐਸ ਵੇਲੇ ਸਾਡੇ ਸਾਹਮਣੇ ਬਹੁਤ ਮਹੱਤਵਪੂਰਨ ਆ ਰਹੇ ਆ ਪਹਿਲਾ ਕਲਾਈਮੇਟ ਚੇਂਜ ਦਾ ਤੇ ਦੂਜਾ ਜਿਹੜਾ ਸਾਡੀ ਹੈਲਥ케ਅਰ ਦਾ ਇਹ ਮੁੱਦੇ ਮਹੱਤਵਪੂਰਨ ਬਣ ਰਹੇ ਆ ਕਨਜ਼ਰਵਟਿਵ ਪਾਰਟੀ ਜਿਹੜੀ ਜ ਉਹਨਾਂ ਦੇ ਲਈ ਪੌਪੂਲਰ ਪਾਰਟੀ ਬਣ ਰਹੀ ਹੈ ਜਿਹੜੇ ਲੋਕ ਬੈਲੈਂਸਿੰਗ ਬਜਟ ਬਾਰੇ ਸੁਣ ਰਹੇ ਆ ਸੋਚ ਰਹੇ ਆ ਹਰ ਇੱਕ ਵਿਅਕਤੀ ਦੇ ਆਪਣੇ ਮੁੱਦੇ ਆ ਉਸ ਮੁੱਦਿਆਂ ਦੇ ਹਿਸਾਬ ਨਾਲ ਉਹ ਪਾਰਟੀ ਚੁਣਦਾ ਕਿ ਆ ਮੇਰਾ ਮੁੱਦਾ ਹੈ ਇਹਨੂੰ ਆ ਪਾਰਟੀ ਜ਼ਿਆਦਾ ਸਪੋਰਟ ਕਰੂਗੀ ਜਿਹੜੇ ਲੋਕ ਕਹਿੰਦੇ ਕਿ ਬੈਲੈਂਸ ਬਜਟ ਹੋਣਾ ਚਾਹੀਦਾ ਬਜਟ ਜਦੋਂ ਪੇਸ਼ ਕੀਤਾ ਜਾਂਦਾ ਉਹਦੇ ਚ ਕਿਹੜੇ ਖਰਚੇ ਕਿੰਨੇ ਕਰਨੇ ਆ ਕਿਹਨੂੰ ਕਿੰਨਾ ਪੈਸਾ ਕਿੱਧਰ ਅਲੋਟ ਕਰਨਾ ਉਹ ਸਾਰੇ ਮਾਮਲੇ ਦੇ ਵਿੱਚ ਕਹਿੰਦੇ ਕੰਜ਼ਰਵਟਿਵ ਸਿਆਣੇ ਆ ਉਹਨਾਂ ਨੂੰ ਵੋਟ ਜਿਹੜੀ ਪਾਉਣੀ ਚਾਹੀਦੀ ਆ ਲੋਕ ਇਦਾਂ ਸੋਚ ਰਹੇ ਆ ਸੋ ਬਹੁਤ ਸਾਰਾ ਜਿਹੜਾ ਮਾਮਲੇ ਆ ਵੱਖ-ਵੱਖਰੇ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਸਾਹਮਣੇ ਆ ਰਹੇ ਆ ਪਿਛਲੇ ਸਮੇਂ ਦੇ ਵਿੱਚ ਹੋਇਆ ਕੀ ਆ ਕਨਸਰਵਟਿਵ ਪਾਰਟੀ ਦਾ ਗ੍ਰਾਫ ਉੱਪਰ ਵੱਲੂ ਗਿਆ ਲਿਬਰਲ ਪਾਰਟੀ ਜਿਹੜਾ ਗ੍ਰਾਫ ਆ ਉਹ ਥੋੜਾ ਜਿਹਾ ਥੱਲੇ ਵੱਲੂ ਗਿਆ ਤੇ ਇੱਕ ਵਾਰੀ ਇਹ ਇੱਕ ਦੂਜੇ ਦੇ ਬਰਾਬਰ ਜੇ ਆ ਗਿਆ ਤੇ ਇਹ ਨਹੀਂ ਸਮਝ ਆਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੱਲੀ ਲਿਬਰਲ ਦੀ ਬਣ ਜੂਗੀ ਜਾਂ ਇਹ ਵੀ ਹੋ ਸਕਦਾ ਕਨਸਰਵਟਿਵ ਦੀ ਬਣ ਜਵੇ ਜਾਂ ਇਹ ਵੀ ਹੋ ਸਕਦਾ ਇਹ ਫਿਰ ਮਾਨੋਰਿਟੀ 'ਚ ਰਹਿ ਜਾਣ ਜਾਂ ਇਹ ਵੀ ਹੋ ਸਕਦਾ ਕਿ ਲਿਬਰਲ ਦੀ ਐਨਡੀਪੀ ਦੀ سپورਟ ਦੇ ਨਾਲ ਸਰਕਾਰ ਬਣ ਜਵੇ ਜਗਮੀਤ ਸਿੰਘ ਦੀ ਪਪੂਲਾਰਿਟੀ ਐਜ਼ ਅ ਲੀਡਰ ਵਧੀ ਆ ਹੁਣ ਉਹ ਕਿੰਨੀਆਂ ਸੀਟਾਂ ਕਨਵਰਟ ਕਰਦੇ ਆ ਉਹ ਪਪੂਲਾਰਿਟੀ ਪਪੂਲਰ ਵੋਟ ਕਿੰਨੀ ਵਧਾਉਂਦੀ ਆ ਜਾਂ ਨਵੀਆਂ ਸੀਟਾਂ ਉਹਨਾਂ ਨੂੰ ਕਿੰਨੀਆਂ ਮਿਲਦੀਆਂ ਆ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਪਰ ਐਜ਼ ਅ ਲੀਡਰ ਜਗਮੀਤ ਸਿੰਘ ਦੀ ਪਪੂਲਾਰਿਟੀ ਵਿੱਚ ਦੱਸਿਆ ਜਾ ਰਿਹਾ ਕਿ ਵਾਧਾ ਹੋਇਆ ਐਂਗਸ ਰੀਡ ਦੇ ਇਹ ਨੰਬਰ ਜਿਹੜੇ ਦੱਸ ਰਹੇ ਆ ਕਿ ਹਾਊਸਿੰਗ ਵੀ ਇੱਕ ਵੱਡਾ ਇਸ਼ੂ ਬਣ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇੱਕ ਤਰੀਕੇ ਨਾਲ ਜਾਂ ਕਿਸੇ ਦੂਜੇ ਤਰੀਕੇ ਦੇ ਨਾਲ ਕਿ ਲੋਕਾਂ ਨੇ ਰਹਿਣਾ ਕਿੱਦਾਂ ਆ ਬਹੁਤ ਸਾਰੇ ਵਾਅਦੇ ਜਿਹੜੇ ਵੱਖ-ਵੱਖ ਪਾਰਟੀਆਂ ਕਰੀ ਜਾਂਦੀਆਂ ਕਿਸੀਂ ਇੰਨਾ ਕਰਾਂਗੇ ਅਸੀਂ ਇੰਨਾ ਕਰਾਂਗੇ ਪਰ ਲੋਕ ਇਸ ਗੱਲ ਬਾਰੇ ਵੀ ਚਿੰਤਤ ਆ ਕਿ ਇਹ ਅਸਲ ਦੇ ਵਿੱਚ ਲਾਗੂ ਕਿੱਦਾਂ ਹੋਊਗਾ ਸਾਰਾ ਕੁਝ ਸੋ ਜਿੱਦਾਂ ਜਿੱਦਾਂ ਦੋਸਤੋ ਰੋਜ਼ ਹੁਣ ਲੰਘੀ ਜਾਣੇ ਉਦੋਂ-ਉਦੋਂ ਦਾ ਰੋਜ਼ ਅਸੀਂ ਤੁਹਾਡੇ ਨਾਲ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਕਿ ਅੱਜ ਕੀ ਨਵਾਂ ਹੋ ਰਿਹਾ ਅੱਜ ਕੀ ਨਵਾਂ ਹੋ ਰਿਹਾ ਔਰ ਕਿਹੜੇ ਮੁੱਦੇ ਉੱਪਰ ਆ ਰਿਹਾ ਕਿਹੜੇ ਮੁੱਦੇ ਥੱਲੇ ਆ ਰਿਹਾ ਜਿਹੜੀਆਂ ਇਹ ਐਂਗਸ ਰੀਡ ਜਾਂ ਇਸਪਸਪੋਲ ਆ ਜਾਂ ਜਿਹੜੀਆਂ 338 ਜਿਹੜੀਆਂ ਇਹ ਸਾਈਟਸ ਨੇ ਇਹ ਚੈੱਕ ਕਰਦੀਆਂ ਰਹਿਨੀਆਂ ਲੰਬੇ ਸਮੇਂ ਤੋਂ ਸਿਰਫ ਇਲੈਕਸ਼ਨ ਤੋਂ ਲੈ ਕੇ ਨਹੀਂ ਇਹ ਚੈੱਕ ਕਰਦੀਆਂ ਵੀ ਹੁਣ ਸ਼ੁਰੂ ਹੋਈਆਂ ਇਹ ਤਾਂ 2 ਹਫ਼ਤੇ ਦੀ ਕੈਂਪੇਨਿੰਗ ਲੰਘ ਚੁੱਕੀ ਆ ਇੱਥੋਂ ਤਾਂ ਇਹ ਦੇਖ ਹੀ ਰਹੇ ਆ ਇਹ ਤੋਂ ਪਿਛਲੇ ਲੰਬੇ ਸਮੇਂ ਤੋਂ 4-5 ਸਾਲ ਤੋਂ ਉਹ ਜਿਹੜਾ ਤੁਹਾਡਾ ਅੰਕੜੇ ਦੇਖਦੇ ਰਹਿੰਦੇ ਕਿ ਹੁਣ ਟਰੂਡੋ ਦੇ ਨੰਬਰ ਉੱਪਰ ਚਲੇ ਗਏ ਆ ਹੁਣ ਐਰਨੋ ਟੂਲ ਦੇ ਨੰਬਰ ਉੱਪਰ ਚਲੇ ਗਿਆ ਹੁਣ ਜਗਵੀਰ ਸਿੰਘ ਉਸੋ ਇੱਕ ਦਿਨ ਉਹ ਬਦਲ ਜਾਂਦੇ ਆ ਦੂਜੇ ਦਿਨ ਹੋਰ ਬਦਲ ਜਾਂਦੇ ਆ ਵੋਟਾਂ ਵਾਲੇ ਦਿਨ ਕਿਹੜੇ ਹੁੰਦੇ ਆ ਤੇ ਲੋਕ ਕਿਧਰ ਨੂੰ ਵੋਟ ਪਾਉਂਦੇ ਆ ਇਹ ਅਜੇ ਤੱਕ ਲਾਈਵ ਵੀ ਨਹੀਂ ਜਾ ਸਕਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ